ਕੀ ਨਾਮ ਜੀ ਤੁਹਾਡਾ ਹਾਂਜੀ ਅਮਨਦੀਪ ਕੌਰ ਗੜੀ ਤਰਖਾਣਾ ਤੋਂ ਅੱਜ ਤੁਸੀਂ ਬਿਜਲੀ ਦਫ਼ਤਰ ਆਏ ਸੀ ਕੀ ਕਰਨ ਹਾਂਜੀ ਅਸੀਂ ਅੱਜ ਬਿਜਲੀ ਦਫ਼ਤਰ ਆਪਣੇ ਜਿਹੜੇ ਬਿੱਲ ਮਾਫੀ ਸੰਬੰਧੀ ਫਾਰਮ ਨੇ ਉਹ ਜਮ੍ਹਾਂ ਕਰਵਾਉਣ ਆਏ ਸੀ ਦੇਖੋ ਸਾਡੇ ਜਿਹੜੇ ਸੀਐਮ ਨੇ ਚਰਨਜੀਤ ਸਿੰਘ ਜੀ ਚੰਨੀ ਉਹਨਾਂ ਨੇ ਬਿੱਲ ਮਾਫੀ ਦੇ ਵਿੱਚ ਕਈ ਵਾਰ ਲੋਕਾਂ ਨੂੰ ਹੋਰ ਵੀ ਬਹੁਤ ਸਹੂਲਤਾਂ ਦਿੱਤੀਆਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਦੇਖੋ ਕਈ ਵਾਰ ਗਰੀਬ ਲੋਕ ਆ ਗਏ ਵਿੱਚੋਂ ਦੇਖੋ ਸਾਰੇ ਹੀ ਆ ਗਏ ਇਹਦੇ ਵਿੱਚ ਕਰੋਨਾ ਕਰਕੇ ਸਾਰਿਆਂ ਦੇ ਹਾਲਾਤ ਬਹੁਤ ਹੀ ਖਰਾਬ ਹੋ ਚੁੱਕੇ ਸੀ ਜਿਨ੍ਹਾਂ ਨੂੰ ਇਹ ਜਿਹੜੀ ਉਹਨਾਂ ਨੇ ਰਾਹਤ ਦਿੱਤੀ ਹੈ ਬਹੁਤ ਹੀ ਵਧੀਆ ਦਿੱਤੀ ਆ ਤੁਹਾਡਾ ਜਿਹੜਾ ਕਿੰਨਾ ਬਕਾਇਆ ਖੜਾ ਜੀ ਪਿਛਲਾ 47,500 ਕਿੰਨੇ ਚਿਰ ਦਾ ਖੜਾ ਸੀਗਾ ਜੀ ਹਾਂਜੀ ਸੀਗਾ ਸਾਡਾ ਇਹ 1.5-2 ਸਾਲ ਦਾ ਸੀਗਾ ਪਿਛਲੇ 4.5 ਸਾਲ ਲੈ ਕੇ ਚੱਲੀਏ ਤਾਂ ਜਿਹੜੇ ਹੁਣ 1 ਮਹੀਨਾ ਲੈ ਕੇ ਚੱਲੀਏ ਇਹਦੇ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਹਾਂਜੀ ਇਹਦੇ ਵਿੱਚ ਸਾਨੂੰ ਬਹੁਤ ਫਰਕ ਲੱਗਦਾ ਕਿਉਂਕਿ ਉਹਨਾਂ ਨੇ ਹੋਰ ਵੀ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਬਿਜਲੀ ਮਾਫੀ ਬਾਰੇ ਆ ਦੇਖੋ ਹਰੇਕ ਘਰ ਵਿੱਚ ਚਾਨਣ ਦੀ ਲੋੜ ਹੁੰਦੀ ਆ ਜੇਕਰ ਕਿਸੇ ਘਰ ਵਿੱਚ ਬਿਜਲੀ ਦੇ ਕਨੈਕਸ਼ਨ ਕੱਟੇ ਜਾਣ ਤਾਂ ਬੱਚਿਆਂ ਦੀ ਪੜ੍ਹਾਈ ਵਗੈਰਾ ਸਾਰਾ ਕੁਝ ਖਤਮ ਹੋ ਜਾਂਦੀ ਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਆਉਣ ਵਾਲੀ ਸਰਕਾਰ ਬਾਰੇ ਜੀ 2022 ਦੇ ਇਲੈਕਸ਼ਨਾਂ ਬਾਰੇ ਜੀ 2022 ਦੇ ਇਲੈਕਸ਼ਨਾਂ ਵਿੱਚ ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਜੋ ਇਨਸਾਨ ਗਰੀਬਾਂ ਦੇ ਪੱਖ ਵਿੱਚ ਆ ਜਿਹਦੇ ਕੋਲੋਂ ਸਾਨੂੰ ਹਰ ਪੱਖੋਂ ਸਹਾਇਤਾ ਮਿਲਦੀ ਆ ਜਾਂ ਜੋ ਸਾਡੇ ਦੇਸ਼ ਦੇ ਵਿਕਾਸ ਲਈ ਵਧੀਆ ਸਾਨੂੰ ਸਾਡੇ ਸੀਐਮ ਚਰਨਜੀਤ ਸਿੰਘ ਜੀ ਚੰਨੀ ਇਹਨੂੰ ਸਪੋਰਟ ਕਰਨਾ ਚਾਹੀਦਾ ਹੈ ਠੀਕ ਹੈ ਥੈਂਕ ਯੂ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਜੀ ਕਿੱਥੋਂ ਰਹਿਣ ਵਾਲੇ ਟਾਂਡਾ ਕੁਸ਼ਲ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਆਏ ਸੀ ਇੱਥੇ ਵੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੋ ਸਰਕਾਰ ਨੇ ਕਰਿਆ ਇਹਨਾਂ ਨੇ ਆਪ ਬਹੁਤ ਵਧੀਆ ਕਰਿਆ ਵਾ ਠੀਕ ਹੈ ਇਸ ਕੰਮ ਲਈ ਜਨਤਾ ਪੂਰੀ ਖੋਸਾ ਕਿਸੇ ਵੀ ਗੱਲ ਦੀ ਜਨਤਾ ਨੂੰ ਪਰੇਸ਼ਾਨੀ ਨਹੀਂ ਹੋਈ ਕੰਮ ਕਾਰ ਠੀਕ ਠਾਕ ਵਧੀਆ ਚੱਲ ਰਿਹਾ ਬਿੱਲ ਮੈਨੂੰ ਆਇਆ ਹੋਇਆ ਸੀਗਾ ਜੀ 19,000 19,000 ਮਾਫ਼ ਕਰ ਦਿੱਤਾ ਗਿਆ ਹਾਂਜੀ 19,000 ਮਾਫ਼ ਕੀਤਾ ਗਿਆ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਜੀ ਉਰੇ ਬਹੁਤ ਵਧੀਆ ਪ੍ਰਬੰਧ ਹੈ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਠੀਕ ਠਾਕ ਹੈ ਜੀ ਇੱਦਾਂ ਹੀ ਸਰਕਾਰਾਂ ਕਰਦੀਆਂ ਰਹਿਣ ਅਤੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜੀ ਜੇ ਚੰਨੀ ਸਰਕਾਰ ਵੱਲੋਂ ਬਿੱਲ ਨਾ ਮਾਫ਼ ਕੀਤਾ ਜਾਂਦਾ ਤਾਂ ਭਰਨਾ ਸੀ ਨਾ ਭਰੇ ਨਹੀਂ ਹੋਣਾ ਸੀਗਾ ਜੀ ਇਹ ਕਿੱਥੇ ਭਰ ਹੋਣਾ ਸੀਗਾ ਜੀ ਬਾ ਫਿਰ ਹੌਲੀ ਹੌਲੀ ਉਹਨਾਂ ਨੇ ਮੀਟਰ ਪੱਟ ਲਿਆਉਣਾ ਸੀਗਾ ਜੀ 4 ਸਾਲ ਕੈਪਟਨ ਸਰਕਾਰ ਰਹੀ ਹੈ ਮੀਨ ਸਰਕਾਰ ਤਾਂ ਕਾਂਗਰਸ ਹੀ ਹੈ ਕੈਪਟਨ ਸਾਹਿਬ ਸੀਗੇ ਉਹਨਾਂ ਨੇ ਕੁਛ ਨਹੀਂ ਕਰਿਆ ਚੰਨੀ ਜੀ ਬਣ ਗਏ ਚੰਨੀ ਜੀ ਬਾਰੇ ਕੀ ਕਹੋ ਉਹਨਾਂ ਬਾਅਦ ਕੈਪਟਨ ਨੇ ਤਾਂ ਕੱਖ ਨਹੀਂ ਕਰਿਆ ਚੰਨੀ ਨੇ ਜੋ ਕੁਛ ਕਰਿਆ ਧੁੰਮਾਂ ਮਚੀਆਂ ਪਈਆਂ ਵਾ ਏਰੀਏ 'ਚ ਵੀ ਜੋ ਕੰਮ ਕਰਿਆ ਵਧੀਆ ਕਰੀਆਂ ਬੁੜੀਆਂ ਵੀ ਖੁਸ਼ ਆ ਬੰਦੇ ਵੀ ਖੁਸ਼ ਆ ਸਭ ਸੰਸਾਰ ਖੁਸ਼ ਆ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਜਿਹੜੀ ਅੱਗੇ 2022 ਦੇ ਇਲੈਕਸ਼ਨ ਚੰਨੀ ਸਰਕਾਰ ਆਜੂ ਦੁਬਾਰੇ ਹਾਂਜੀ ਜ਼ਰੂਰ ਆਊਗੀ ਪੱਕੀ ਆਊਗੀ ਦਾਅਵੇ ਨਾਲ ਆਊਗੀ ਜੀ ਲੋਕ ਜਿੰਨੇ ਗਰੀਬ ਜਨਤਾ ਖੁਸ਼ ਆ ਇਹ ਸਭ ਚੰਨੀ ਨੂੰ ਇਹ ਵੋਟਾਂ ਪਾਉਣਗੇ ਜੀ ਇਹ ਕਾਹਨੂੰ ਹੋਰ ਪਾਸੇ ਜਾਊਗੇ ਜੀ ਕੀ ਨਾਂ ਜੀ ਤੁਹਾਡਾ ਜੀਤ ਰਾਮ ਆ ਜੀ ਕਿਹੜਾ ਪਿੰਡ ਆ ਜੀ ਮੱਛੀਵਾੜਾ ਜੀ ਇੱਥੇ ਤੁਸੀਂ ਖੜੇ ਸੀ ਕਿੰਨਾ ਬਕਾਇਆ ਜੀ ਤੁਹਾਡਾ ਮੇਰਾ 4,000 ਮੈਂ ਪਹਿਲਾਂ ਦੇ ਦਿੱਤਾ ਸੀਗਾ ਜੀ ਦੂਸਰੀ ਕਿਸ਼ਤ 'ਤੇ ਦੇਣਾ ਸੀਗਾ ਜੀ ਉਹ ਦੇ ਨਹੀਂ ਹੋਇਆ ਹੈਗਾ ਅਤੇ ਜਦ ਨੂੰ ਇਹਨਾਂ ਨੇ ਐਲਾਨ ਕਰਤਾ ਵੀ ਅਸੀਂ ਬਿੱਲ ਮਾਫ਼ ਕਰਾਂਗੇ ਅਤੇ ਮੈਂ ਉਹਦੇ ਵਾਸਤੇ ਹੁਣ ਆਇਆ ਇੱਥੇ ਕਿੰਨੇ ਸਮੇਂ ਤੋਂ ਤੁਹਾਡਾ ਇਹ ਬਕਾਇਆ ਖੜਾ ਸੀ ਇਹ ਪਿਛਲੇ ਬਿੱਲ ਤੋਂ ਆਇਆ ਜੀ 9ਵੇਂ ਮਹੀਨੇ ਤੋਂ ਜੀ ਕੀ ਕਹਿਣਾ ਚਾਹੋਗੇ ਚੰਨੀ ਸਰਕਾਰ ਦੇ ਬਾਰੇ ਬਹੁਤ ਵਧੀਆ ਕੀਤਾ ਜੀ ਜਿਹੜੇ ਬੰਦੇ ਜ਼ਿਆਦਾ ਬਿੱਲ ਆਇਆ ਜੀ ਹੁਣ ਉਹ ਦੇ ਨਹੀਂ ਸਕਦੇ ਹੈਗੇ ਤੁਸੀਂ ਜਿਹੜਾ ਬਿੱਲ ਨਹੀਂ ਤਾਰਿਆ ਸੀ ਕੀ ਤੁਹਾਡਾ ਮੀਟਰ ਵਗੈਰਾ ਵੀ ਕੱਟਿਆ ਗਿਆ ਸੀ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਆਇਆ ਸਾਡੇ ਕੋਲ ਹਜੇ ਤੱਕ ਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਹੈ ਪ੍ਰਵੇਸ਼ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਮਾਣਿਆਲ ਦੇ ਕਿੰਨਾ ਬਿੱਲ ਆਇਆ ਜੀ ਤੁਹਾਡਾ 6,500 ਰੁਪਇਆ ਕਦੋਂ ਦਾ ਸੀਗਾ ਇਹ ਹੋਣਾ 7ਵੇਂ ਮਹੀਨੇ ਕੱਟਣੇ ਦਾ ਉਸ ਤੋਂ ਬਾਅਦ ਭਰਾਇਆ ਨਹੀਂ ਸੀਗਾ ਬਿੱਲ ਨਹੀਂ ਕੋਈ ਨਹੀਂ ਭਰਾਇਆ ਗਰੀਬ ਬੰਦਾ ਕਿੱਥੋਂ ਭਰਾਉਣਾ ਜਾਂਦਾ ਹੁਣ ਚੰਨੀ ਸਰਕਾਰ ਵੱਲੋਂ ਮਾਫ਼ ਕਰ ਦਿੱਤਾ ਗਿਆ ਬਿੱਲ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਨੇ ਠੀਕ ਕੀਤਾ ਜੀ ਵਧੀਆ ਕੀਤਾ ਹੋਰ ਵੀ ਸੋਚੇਗਾ ਅਤੇ ਵਧੀਆ ਰਹੇਗਾ ਹਾਂਜੀ ਹਾਂਜੀ ਸਰ ਕੀ ਨਾਂ ਤੁਹਾਡਾ ਅਮਨ ਗੁਪਤਾ SDO ਮਾਛੀਵਾੜਾ ਬਿਜਲੀ ਬੋਰਡ ਸਰ ਜਿਹੜੇ ਆ ਬਿਜਲੀ ਦਾ ਬਕਾਇਆ ਆ ਇਹ ਕਿੰਨੇ ਬੰਦਿਆਂ ਦਾ ਹੁਣ ਤੱਕ ਅਪਰੋਕਸੀਮੇਟਲੀ ਮਾਫ ਹੋ ਚੁੱਕਿਆ ਹੈ ਇਹ ਅਪਰੋਕਸੀਮੇਟਲੀ ਅਸੀਂ 400 ਕੰਜ਼ਿਊਮਰ ਹੈ 400 ਕੰਜ਼ਿਊਮਰ ਦਾ 25,00,000 ਰੁਪਏ ਅਸੀਂ ਮਾਫ਼ ਕਰ ਚੁੱਕੇ ਹਾਂ ਹੁਣ ਤੱਕ ਕਿੰਨਾ ਬਕਾਇਆ ਖੜਾ ਹੈ ਜੀ ਮਾਛੋੜਾ ਬਲੌਕ ਦਾ ਮਾਛੀਵਾੜੇ ਦਾ ਅਪਰੋਕਸੀਮੇਟਲੀ 4500 ਕੰਜ਼ਿਊਮਰ ਦਾ ਸਾਡੇ ਕੋਲ 4.25 ਕਰੋੜ ਰੁਪਏ ਦਾ ਬਕਾਇਆ ਹੈਗਾ ਜਿਹੜਾ ਕਿ ਇਹਦੇ ਵਿੱਚ ਮਾਫ਼ ਕੀਤਾ ਜਾਏਗਾ ਸਰ ਜਿਹੜਾ ਇਹ ਬਿੱਲ ਹੈ ਕਦੋਂ ਤੱਕ ਦਾ ਮਾਫ਼ ਕੀਤਾ ਗਿਆ ਇਹਦੇ ਵਿੱਚ ਐਵੇਂ ਹੈ ਜੀ ਇਹ ਜਿਹੜੇ ਬਿੱਲ 29-9 ਤੱਕ ਦੇ ਇਸ਼ੂ ਹੋ ਚੁੱਕੇ ਨੇ ਕੰਜ਼ਿਊਮਰਸ ਨੂੰ 29-9 ਤੱਕ ਦੇ ਜਿਹੜੇ ਬਿੱਲ ਨੇ ਉਹਦੇ ਵਿੱਚ ਜਿਹੜਾ ਬਕਾਇਆ ਲਿਖਿਆ ਹੋਇਆ ਪੁਰਾਣਾ ਉਹ ਮਾਫ਼ ਹੋਏਗਾ ਇਹਦੇ ਵਿੱਚ
ਇਹ ਕੈਂਪ ਜਦੋਂ ਤੱਕ ਅਸੀਂ ਮਤਲਬ ਇਹ ਕੰਟੀਨਿਊ ਚੱਲੇਗਾ, ਹਜੇ ਤਾਂ ਕੋਈ ਐਵੇਂ ਟਾਈਮ ਲਿਮਿਟ ਨਹੀਂ ਹੈਗੀ ਵੀ ਕਦੋਂ ਤੱਕ ਚੱਲੇਗਾ, ਇਹ ਕੰਟੀਨਿਊ ਚੱਲਦਾ ਰਹੇਗਾ ਜਦੋਂ ਤੱਕ ਮਾਫ਼ੀ ਨਹੀਂ ਲੱਗ ਜਾਂਦੀ ਸਾਰਿਆਂ ਦੀ। ਡੇਲੀ ਦੇ ਸਰ ਕਿੰਨੇ ਕੁ ਫਾਰਮ ਭਰ ਹੋ ਰਹੇ ਨੇ? ਅਪਰੋਕਸੀਮੇਟਲੀ 150-200 ਫਾਰਮ ਰੋਜ਼ ਦੇ ਭਰੇ ਜਾ ਰਹੇ ਨੇ ਸਾਡੇ ਕੋਲ।